ਹਾਂਜੀ, ਸਵਾਗਤ ਹੈ ਜੀ ਆਪ ਸਭ ਦਾ ਪੰਜਾਬੀ ਮਿੱਚ ਚੈਨਲ ਦੇ ਉੱਤੇ। ਲੈ ਕੇ ਹਾਜ਼ਰ ਹਾਂ ਅੱਜ ਦੀਆਂ ਨਵੀਆਂ ਤਾਜ਼ੀਆਂ ਅਪਡੇਟ, ਅਤੇ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਅਪਡੇਟਸ। ਵੀਡੀਓ ਨੂੰ ਪੂਰੀ ਜ਼ਰੂਰ ਸੁਣੋ ਐਂਡ ਤੱਕ, ਤਾਂ ਕਿ ਤੁਹਾਨੂੰ ਸਾਰੀ ਨੋਟੀਫਿਕੇਸ਼ਨ ਅੱਜ ਜਿਹੜੀ ਆ ਨਵੀਂ ਮਿਲ ਜਾਵੇ। ਚੱਲਦੇ ਹਾਂ ਜੀ ਅੱਜ ਦੀਆਂ ਖਬਰਾਂ ਦੇ ਵੱਲ। ਅੱਜ ਦੀ ਪਹਿਲੀ ਖਬਰ ਆ ਰਹੀ ਹੈਗੀ ਆ, ਕੱਲ੍ਹ ਤੁਹਾਨੂੰ ਅਸੀਂ ਖਬਰ ਦੱਸੀ ਸੀਗੀ ਹੈਗੀ, ਜਿਹਦੇ ਵਿੱਚ ਤੁਹਾਨੂੰ ਕਿਹਾ ਸੀਗਾ ਵੀ ਅੱਜ ਇਟਲੀ ਦੇ ਵਿੱਚ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਜਾਣੀ ਹੈ, ਅਤੇ ਪਰ ਸਰਕਾਰ ਵੱਲੋਂ ਇਸ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ। ਇਹ ਜਿਹੜੇ ਲੋਕ ਹੈ ਇਹਨਾਂ ਨੇ ਅੱਜ ਪ੍ਰੋਟੈਸਟ ਕਰਨਾ ਸੀਗਾ ਸੜਕਾਂ ਦੇ ਉੱਤਰ ਕੇ ਪੈਲਸਟਾਈਨ ਦੇ ਹੱਕ ਦੇ ਵਿੱਚ, ਪਰ ਸਰਕਾਰ ਵੱਲੋਂ ਇਸ ਚੀਜ਼ ਨੂੰ ਮਨ੍ਹਾ ਕਰ ਦਿੱਤਾ ਗਿਆ। ਉਹ ਕਹਿ ਰਹੇ ਵੀ ਤੁਸੀਂ ਇਹ ਜਿਹੜਾ ਪ੍ਰੋਟੈਸਟ ਨਹੀਂ ਕਰਨਾ, ਪਰ ਉਹੀ ਕੰਮ ਹੋਇਆ ਜੋ ਆਪਾਂ ਤੁਹਾਨੂੰ ਕੱਲ੍ਹ ਦੱਸਿਆ ਸੀਗਾ। ਅਤੇ ਇਟਲੀ ਵਿੱਚ ਵੀ ਅੱਜ ਜਿਹੜਾ ਆ ਪੁਲਿਸ ਦੇ ਨਾਲ ਲੋਕਾਂ ਦੀ ਹੱਥੋਪਾਈ ਹੋ ਗਈ, ਖਾਸ ਕਰਕੇ ਰੋਮਾ ਦੇ ਵਿੱਚ। ਰੋਮਾ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਬੰਦਾ ਜਿਹੜਾ ਸੀਗਾ ਜੀ ਉਹ ਥੱਲੇ ਆ ਗਿਆ ਸੜਕਾਂ ਦੇ ਉੱਤੇ। ਹਾਲਾਂਕਿ ਸਰਕਾਰ ਦੇ ਵੱਲੋਂ ਤਕਰੀਬਨ 2000 ਬੰਦਾ ਕੰਟਰੋਲ ਕੀਤਾ ਗਿਆ, ਹਾਲਾਂਕਿ ਸਰਕਾਰ ਦੇ ਵੱਲੋਂ ਪੂਰੇ ਰੋਮਾ ਦੇ ਵਿੱਚ ਮਿਲਟਰੀ ਉੱਥੇ ਲੱਗੀ ਹੋਈ ਸੀਗੀ ਕੰਪਲੀਟਲੀ, ਜਿਹੜਾ ਆ ਪੁਲਿਸ ਨੇ ਆਪਣਾ ਜਿਹੜਾ ਆ ਨਾਕੇਬੰਦੀ ਕੀਤੀ ਹੋਈ ਸੀਗੀ। ਅਤੇ ਜਦੋਂ ਇਹ ਪ੍ਰੋਟੈਸਟ ਸ਼ੁਰੂ ਕਰਨਾ ਸੀਗਾ ਉਸ ਤੋਂ ਪਹਿਲਾਂ ਤਕਰੀਬਨ 2000 ਬੰਦੇ ਦਾ ਕੰਟਰੋਲ ਵੀ ਕੀਤਾ, ਪਰ ਉਹੀ ਗੱਲ ਹੋਈ ਹੈ ਅਤੇ 8000 ਤੋਂ ਬਾਅਦ ਜਿਹੜਾ ਬੰਦਾ ਸੀਗਾ ਇਕੱਠਾ ਹੋਇਆ ਉਸ ਇਲਾਕੇ ਦੇ ਵਿੱਚ। ਉੱਥੋਂ ਬਾਅਦ ਫਿਰ ਪੁਲਿਸ ਨੇ ਜਦੋਂ ਕਿਹਾ ਵੀ ਨਹੀਂ ਤੁਸੀਂ ਅੱਗੇ ਜਾਣਾ, ਅਤੇ ਇਹਨਾਂ ਦੇ ਵਿੱਚ ਆਪਸ ਵਿੱਚ ਲੜਾਈ ਹੋ ਗਈ, ਇੱਕ ਦੂਜੇ ਦੇ ਉੱਤੇ ਬੋਤਲਾਂ ਸਿੱਟੀਆਂ, ਹੋਰ ਕਈ ਕੁਝ ਕੀਤਾ ਗਿਆ ਪੁਲਿਸ ਦੇ ਨਾਲ, ਕੁਝ ਪੁਲਿਸ ਦੇ ਬੰਦਿਆਂ ਦੀਆਂ ਸੱਟਾਂ ਲੱਗੀਆਂ, ਕੁਝ ਇਹਨਾਂ ਦੇ ਲੱਗੀਆਂ। ਉੱਥੇ ਬੰਬ ਵਗੈਰਾ ਚਲਾਏ ਗਏ ਜਿਹੜੇ ਪਟਾਕੇ ਟਾਈਪ ਹੁੰਦੇ ਆ, ਬੋਤਲਾਂ ਮਾਰੀਆਂ ਗਈਆਂ ਕੱਚ ਦੀਆਂ, ਪੁਲਿਸ ਵੱਲੋਂ ਵੀ ਜਿਹੜੇ ਆ ਉਹ ਧੂੰਏ ਵਾਲੇ ਬੰਬ ਹੁੰਦੇ ਉਹ ਸਿੱਟੇ ਗਏ। ਅਤੇ ਇਸੇ ਤਰੀਕੇ ਦੇ ਨਾਲ ਜਿਹੜਾ ਆ ਹੋਰ ਇਲਾਕਿਆਂ ਦੇ ਵਿੱਚ ਵੀ ਇਹ ਪ੍ਰੋਟੈਸਟ ਕੀਤੇ ਗਏ ਆ, ਅਤੇ ਹੋਰ ਇਲਾਕਿਆਂ ਵਿੱਚ ਵੀ ਪੁਲਿਸ ਵੱਲੋਂ ਇਹ ਚੀਜ਼ਾਂ ਰੋਕਿਆ ਗਿਆ। ਅਤੇ ਇਸੇ ਤਰੀਕੇ ਦੇ ਨਾਲ ਲੋਕਾਂ ਦੇ ਪੁਲਿਸ ਦੇ ਵਿਚਕਾਰ ਅੱਜ ਆਪਸ ਵਿੱਚ ਹੱਥੋਪਾਈ ਹੋਈ ਆ। ਅਤੇ ਇਹਦੇ ਵਿੱਚ ਹੁਣ ਪੁਲਿਸ ਨੇ ਕਈ ਬੰਦੇ ਆਇਡੈਂਟੀਫਾਈ ਵੀ ਕੀਤੇ ਆ ਜਿਹਨਾਂ ਨੂੰ ਹੁਣ ਅਰੈਸਟ ਕੀਤਾ ਜਾਵੇਗਾ, ਉਹਨਾਂ ਉੱਤੇ ਜਿਹੜੇ ਆ ਜੋ ਵੀ ਬਣਦੀ ਕਾਰਵਾਈ ਆ ਉਹ ਪੁਲਿਸ ਨੂੰ ਕਰੇਗੀ, ਜਿਹਨਾਂ ਵੱਲੋਂ ਪੁਲਿਸ ਦੇ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਇਸ ਵਕਤ ਇੱਕ ਹੋਰ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਇਜ਼ਰਾਈਲ ਅਤੇ ਈਰਾਨ ਨੂੰ ਲੈ ਕੇ। ਇਜ਼ਰਾਈਲ ਅਤੇ ਈਰਾਨ ਇਸ ਵਕਤ ਆਹਮੋ ਸਾਹਮਣੇ ਖੜ੍ਹੇ ਆ ਅਤੇ ਤਿਆਰ ਹੈ ਵੀ ਕਿਸੇ ਵੀ ਵੇਲੇ ਜਿਹੜਾ ਆ ਲੜਾਈ ਇਹ ਸ਼ੁਰੂ ਹੋ ਜਾਵੇ। ਈਰਾਨ ਨੇ ਜਿਹੜਾ ਕੱਲ੍ਹ ਬਿਆਨ ਆਇਆ ਜੀ, ਤੈਨੂੰ ਖਬਰ ਦੱਸੀ ਸੀਗੀ, ਅਸੀਂ ਜਿਹੜੇ ਉੱਥੇ ਦੇ ਜਿਹੜੇ ਸਭ ਤੋਂ ਸੁਪਰੀਮ ਲੀਡਰ ਆ ਹੱਥ ਵਿੱਚ ਪਿਸਤੌਲ ਫੜ ਕੇ ਉਹਨਾਂ ਨੇ ਬੰਦੂਕ ਫੜ ਕੇ ਬਿਆਨ ਦਿੱਤਾ ਹੈ, ਅਤੇ ਉਹਨਾਂ ਨੇ ਕਿਹਾ ਵੀ ਜੋ 7 ਅਕਤੂਬਰ ਨੂੰ ਹੋਇਆ ਸੀਗਾ ਜਦੋਂ ਪਹਿਲਾਂ ਜਦੋਂ ਲੜਾਈ ਸ਼ੁਰੂ ਹੋਈ ਹੈ ਇਜ਼ਰਾਈਲ ਦੇ, ਜਦੋਂ ਬੰਦੇ ਚੱਕੇ ਇਹਨਾਂ ਨੇ ਅਤੇ ਉੱਥੇ ਜਦੋਂ ਬੱਚੇ ਉੱਥੇ ਦੇ ਚੱਕੇ ਆ ਬੁੜੀਆਂ ਚੱਕੀਆਂ, ਅਤੇ ਉਹ ਕਹਿ ਰਹੇ ਵੀ ਬਹੁਤ ਠੀਕ ਹੋਇਆ ਉਹ। ਅਤੇ ਨਾਲ ਦੇ ਨਾਲ ਇਹਨਾਂ ਨੇ ਇਹ ਵੀ ਕਿਹਾ ਵੀ ਜਿੰਨੇ ਵੀ ਇਸਲਾਮਿਕ ਕੰਟਰੀਜ਼ ਹੈਗੀਆਂ ਸਾਰੀਆਂ ਇਕੱਠੀਆਂ ਹੋ ਜਾਣ ਅਤੇ ਅਸੀਂ ਇਜ਼ਰਾਈਲ ਦੇ ਉੱਤੇ ਹਮਲਾ ਕਰਾਂਗੇ, ਅਤੇ ਮਿਨੀਮਮ ਪਨਿਸ਼ਮੈਂਟ ਜਿਹੜੀ ਇਹਨਾਂ ਨੂੰ ਦੇਣੀ ਬਣਦੀ ਹੈ ਇਹਨਾਂ ਦਾ ਖਾਤਮਾ ਕਰਨਾ। ਹਾਲਾਂਕਿ ਇਹਦੇ ਵਿੱਚ ਵੀ ਪ੍ਰੋਬਲਮ ਹੈ, ਹੁਣ ਜਿੰਨੀਆਂ ਜਿਹੜੀਆਂ ਅਫਰੀਕਨ ਇਸਲਾਮਿਕ ਕੰਟਰੀਜ਼ ਹੈਗੀਆਂ ਉਹਨਾਂ ਵਿੱਚ ਕਾਫੀ ਕੰਟਰੀਜ਼ ਜਿਹੜੀਆਂ ਆ ਇਜ਼ਰਾਈਲ ਦੇ ਹੱਕ ਦੇ ਵਿੱਚ ਵੀ ਆ, ਜਿੱਦਾਂ ਕਿ ਸਾਊਦੀ ਅਰਬ ਹੋ ਗਿਆ ਜਾਂ ਹੋਰ ਕੰਟਰੀਜ਼ ਹੋ ਗਈਆਂ। ਇਹ ਕੰਟਰੀਆਂ ਜਿਹੜੀਆਂ ਈਰਾਨ ਤੋਂ ਖੁਸ਼ ਨਹੀਂ ਗੀਆਂ, ਕਿਉਂਕਿ ਇਹ ਜਿਹੜੀਆਂ ਕੰਟਰੀਆਂ ਨੇ ਗਰੋਥ ਕੀਤੀ ਹੋਈ ਆ ਆਪਣੀ, ਸਾਊਦੀ ਅਰਬ ਹੋ ਗਿਆ, ਕਤਰ ਹੋ ਗਿਆ, ਜਿੰਨੀਆਂ ਵੀ ਇਹ ਕੰਟਰੀਜ਼ ਹੈਗੀਆਂ ਇਹ ਨਹੀਂ ਚਾਹੁੰਦੀਆਂ ਕਿਸੇ ਲੜਾਈ ਦੇ ਵਿੱਚ ਆਉਣੀਆਂ, ਕਿਉਂਕਿ ਇਹ ਲੜਾਈ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੀਆਂ, ਕਿਉਂਕਿ ਜੇਕਰ ਲੜਾਈ ਦੇ ਵਿੱਚ ਜਾਂਦੇ ਆ ਤਾਂ ਇਹਨਾਂ ਦਾ ਨੁਕਸਾਨ ਹੈ। ਸੋ ਇਸ ਕਰਕੇ ਜਿਹੜੀਆਂ ਡਿਵੈਲਪ ਇੱਕ ਹਿਸਾਬ ਦੀਆਂ ਕੰਟਰੀਆਂ ਜਿਹੜੀਆਂ ਅੱਗੇ ਐਡਵਾਂਸ ਆ ਇਹ ਨਹੀਂ ਚਾਹੁੰਦੀਆਂ ਵੀ ਲੜਾਈ ਲੱਗੇ, ਇਸ ਕਰਕੇ ਇਹ ਕਿਸੇ ਵੀ ਪੱਖ ਦੇ ਵੱਲ ਨਹੀਂ ਜਾ ਰਹੀਆਂ। ਹੁਣ ਜਿੰਨਾ ਵੀ ਜਿਹੜਾ ਏਰੀਆ ਹੈਗਾ ਆ ਜੀ ਇਹ ਇਜ਼ਰਾਈਲ ਤੋਂ ਲੈ ਕੇ ਈਰਾਨ ਤੱਕ ਦਾ ਇਹ ਸਾਰਾ ਜਿਹੜਾ ਏਰੀਆ ਆ ਇਸ ਵਕਤ ਇਹ ਲੜਾਈ ਦੇ ਵਿੱਚ ਸ਼ਾਮਲ ਆ। ਇਸ ਤੋਂ ਇਲਾਵਾ ਅਗਲੀ ਖਬਰ ਹੈਗੀ ਹੈ ਪਾਕਿਸਤਾਨ ਦੀ। ਪਾਕਿਸਤਾਨ ਦੇ ਵਿੱਚ ਵੀ ਅੱਜ ਇੱਕ ਮੀਟਿੰਗ ਕੀਤੀ ਗਈ ਸੀਗੀ ਜਿੱਥੇ ਇੰਡੀਆ ਦੇ ਜਿਹੜੇ ਜੈਸ਼ੰਕਰ ਆ ਮਿਨਿਸਟਰ ਉਹ ਵੀ ਪਹੁੰਚੇ ਆ, ਅਤੇ ਪਾਕਿਸਤਾਨ ਦੇ ਜਿਹੜੇ ਇਸ ਵਕਤ ਇੰਟਰਨਲ ਜਿਹੜੇ ਹਾਲਾਤ ਆ ਬਹੁਤ ਚੰਗੇ ਨਹੀਂ ਗੇ,
ਕਿਉਂਕਿ ਉੱਥੇ ਇਸ ਵਕਤ ਇੱਕ ਹਿਸਾਬ ਦੀ ਜਿਹੜੀ ਆ ਸਿਵਲ ਵਾਰ ਜਿਹੜੀ ਆ ਲੱਗਣ ਦਾ ਖਤਰਾ ਬਣਿਆ ਹੋਇਆ, ਕਿਉਂਕਿ ਉੱਥੇ ਮਹਿੰਗਾਈ ਜਿਹੜੀ ਆ ਇਸ ਵਕਤ ਬਹੁਤ ਜ਼ਿਆਦਾ, ਹਰ ਚੀਜ਼ ਦੀ ਮਹਿੰਗਾਈ ਕਾਫੀ ਜ਼ਿਆਦਾ ਆ। ਜਿਹੜੇ ਸਾਡੇ ਪਾਕਿਸਤਾਨ ਤੋਂ ਵੀਰ ਸੁਣਦੇ ਆ, ਸਾਡੇ ਚੈਨਲ ਜੁੜੇ ਹੋਏ, ਉਹ ਇਸ ਚੀਜ਼ ਨੂੰ ਦੱਸ ਸਕਦੇ ਆ। ਇਸ ਵਕਤ ਹਾਲਾਤ ਜਿਹੜੇ ਕਾਫੀ ਜ਼ਿਆਦਾ ਖਰਾਬ ਹੋ ਚੁੱਕੇ ਉੱਥੇ ਦੇ, ਅਤੇ ਅੱਜ ਦੀਆਂ ਜਿਹੜੀਆਂ ਕੁਝ ਖਬਰਾਂ ਦੇਖਣ ਨੂੰ ਮਿਲ ਰਹੀਆਂ, ਜਿਹੜੀਆਂ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ, ਜਿਹੜੇ ਪਾਕਿਸਤਾਨ ਦੇ ਲੋਕਲ ਜਿਹੜੇ ਲੋਕ ਹੈਗੇ ਆ ਉਹ ਵੀ ਹੁਣ ਹਥਿਆਰ ਚੱਕੀ ਫਿਰਦੇ ਆ ਸਰਕਾਰ ਦੇ ਖਿਲਾਫ। ਉਹ ਕਹਿ ਰਹੇ ਆ ਵੀ ਸਾਨੂੰ ਜਿਹੜਾ ਆ ਇਸ ਵਕਤ ਜੇਕਰ ਹੁਣ ਹੋਰ ਕੋਈ ਸਹੂਲਤ ਜਾਂ ਇਹ ਜਿਹੜੀਆਂ ਚੀਜ਼ਾਂ ਦਾ ਰੇਟ ਇਹਦਾ ਕੋਈ ਹੱਲ ਨਾ ਲੱਭਿਆ ਤਾਂ ਫਿਰ ਸਾਡੀ ਜਿਹੜੀ ਆ ਸਾਡੇ ਉੱਤੇ ਜੇਕਰ ਗੋਲੀ ਚਲਾ ਗਿਆ ਤਾਂ ਅਸੀਂ ਉਹ ਤਾਂ 10 ਗੋਲੀਆਂ ਚਲਾਵਾਂਗੇ ਉਹਦੇ ਬਦਲੇ। ਜਿਹੜੀ ਮੀਟਿੰਗ ਹੈਗੀ ਇਹਦੇ ਵਿੱਚ ਇਹ ਵੀ ਇੱਕ ਮਤਲਬ ਹੈਗਾ, ਇਹਦੇ ਵਿੱਚ ਕਾਫੀ ਵਰਲਡ ਦੇ ਹੋਰ ਵੀ ਲੀਡਰ ਪਹੁੰਚੇ ਹੋਏ ਆ, ਸੋ ਇਹ ਐਸੀ ਨਹੀਂ ਹੈਗੀ ਵੀ ਇਕੱਲੇ ਇੰਡੀਆ ਤੋਂ ਗਏ ਆ, ਬਟ ਇਹਦਾ ਜਿਹੜਾ ਮੇਨ ਮਕਸਦ ਇਹ ਵੀ ਆ ਵੀ ਇੰਡੀਆ ਦੇ ਨਾਲ ਜਿਹੜੀ ਦੁਬਾਰਾ ਪਾਕਿਸਤਾਨ ਦੀ ਜਿਹੜੀ ਆ ਵਪਾਰ ਆ ਉਹ ਕਿਸ ਤਰੀਕੇ ਨਾਲ ਸ਼ੁਰੂ ਕੀਤਾ ਜਾਵੇ ਤਾਂ ਕਿ ਉੱਥੇ ਜਿਹੜੀਆਂ ਚੀਜ਼ਾਂ ਦੇ ਰੇਟ ਇੰਨੇ ਜ਼ਿਆਦਾ ਵਧੇ ਹੋਏ ਆ ਉਹ ਰੇਟ ਘੱਟ ਹੋਣ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਕਿਸਤਾਨ ਜਿਹਾ ਇਹ ਵੀ ਇਨਵੋਲਵ ਹੋ ਸਕਦਾ ਲੜਾਈ ਦੇ ਵਿੱਚ, ਜਿਹੜੀ ਇਸ ਵਕਤ ਇਰਾਨ ਦੀ ਜੋ ਪ੍ਰੋਬਲਮ ਚੱਲਦੀ ਪਈ ਆ। ਸੋ ਕੁੱਲ ਮਿਲਾ ਕੇ ਜੀ ਇਸ ਵਕਤ ਕਾਫੀ ਜਿਹੜੇ ਜਿੰਨਾ ਵੀ ਇਹ ਇਲਾਕਾ ਲੱਗਦਾ ਆ ਸਾਰਾ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮ ਚੱਲਦੀ ਪਈ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਰਾਨ ਅਤੇ ਜਿਹੜੀ ਇਜ਼ਰਾਇਲ ਦੀ ਲੜਾਈ ਜੇਕਰ ਸ਼ੁਰੂ ਹੁੰਦੀ ਆ ਸਿੱਧੇ ਤੌਰ ਦੇ ਉੱਤੇ ਤਾਂ ਇਹਨਾਂ ਨੇ ਹੋਰ ਕਈ ਦੇਸ਼ ਵਿੱਚ ਐਂਟਰ ਸ਼ਾਮਿਲ ਹੋਣਗੇ। ਪਹਿਲਾਂ ਵੀ ਕਿਸੇ ਵੀਰ ਦਾ ਮੈਸੇਜ ਆਇਆ ਜਿਹਦੇ ਵਿੱਚ ਉਹ ਪੁੱਛ ਰਹੇ ਸੀ ਭਾਅ ਜੀ ਇਹਦੇ ਵਿੱਚ ਹੁਣ ਵਰਲਡ ਵਾਰ ਲੱਗਣ ਦਾ ਖਤਰਾ ਹੈ ਜਾਂ ਨਹੀਂ ਜੇਕਰ ਇਰਾਨ ਅਤੇ ਇਜ਼ਰਾਇਲ ਦੀ ਲੜਾਈ ਲੱਗਦੀ ਆ। ਜੇਕਰ ਇਰਾਨ ਅਤੇ ਇਜ਼ਰਾਇਲ ਦੀ ਲੜਾਈ ਲੱਗਦੀ ਆ ਜੀ, ਵਰਲਡ ਵਾਰ ਲੱਗਣ ਦਾ ਖਤਰਾ ਕਾਫੀ ਜ਼ਿਆਦਾ ਬਣ ਜਾਂਦਾ, ਉਸ ਤਰੀਕੇ ਨਾਲ ਬਣ ਜਾਂਦਾ ਕਿਉਂਕਿ ਇਜ਼ਰਾਇਲ ਦੀ ਸਪੋਰਟ ਦੇ ਵਿੱਚ ਪਿੱਛੇ USA ਅਤੇ ਨਾਟੋ ਆ ਜਿਹੜੀ ਕਿ ਯੂਰਪੀਅਨ ਕੰਟਰੀਜ਼, ਇਰਾਨ ਦੀ ਸਪੋਰਟ ਦੇ ਵਿੱਚ ਪਿੱਛੇ ਰਸ਼ੀਆ ਖੜ੍ਹਾ ਆ, ਅਤੇ ਇਸ ਦੇ ਚੱਲਦਿਆਂ ਇਹ ਰਸ਼ੀਆ ਅਤੇ ਜਿਹੜੀ ਇਸ ਵਕਤ ਯੂਕਰੇਨ ਆ ਇਹਨਾਂ ਦੀ ਲੜਾਈ ਵੀ ਚੱਲਦੀ ਆ, ਸੋ ਦੋ ਫਰੰਟ 'ਤੇ ਲੜਾਈ ਹੈ ਇਸ ਵਕਤ, ਅਤੇ ਇਸੇ ਕਰਕੇ ਕੁਝ ਵੀ ਹੋ ਸਕਦਾ। ਸੋ ਅਸੀਂ ਇਹ ਨਹੀਂ ਕਹਾਂਗੇ ਵੀ ਲੜਾਈ ਲੱਗੇਗੀ, ਨਹੀਂ ਅਸੀਂ ਤਾਂ ਇਹ ਕਹਾਂਗੇ ਲੜਾਈ ਨਾ ਲੱਗੇ ਕਿਤੇ ਵੀ, ਪਰ ਲੜਾਈ ਜਿਹੜੀ ਹੈ ਖਤਮ ਵੀ ਹੋਣ ਦੀ ਸੰਭਾਵਨਾ ਨਹੀਂ ਦਿਖ ਰਹੀ ਜਿਸ ਤਰੀਕੇ ਨਾਲ ਜਿਹੜੇ ਜੀਓ ਪੋਲੀਟੀਕਲ ਹਿਸਾਬ ਦੇ ਨਾਲ ਜੋ ਜੋ ਖਬਰਾਂ ਆ ਰਹੀਆਂ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਇਟਲੀ ਦੇ ਜਿਹੜੇ ਮਿਨਿਸਟਰ ਆ ਆਪਣੇ ਪ੍ਰੀਮੀਅਰ ਹੈਗੇ ਆ ਜੋਰਜਾ ਮੇਲੋਨੀ, ਇਹਨਾਂ ਦੇ ਜਿਹੜੇ ਕੁਝ ਆਪਣੇ ਹੀ ਜਿਹੜੇ ਕਹਿ ਸਕਦੇ ਸਰਕਾਰ ਦੇ ਕੁਝ ਬੰਦੇ ਅਤੇ ਜਿਹੜੀ ਇਹਨਾਂ ਦੀ ਪਾਰਟੀ ਆ ਫਤਲੀ ਦੀ ਇਤਾਲੀਆ, ਇਹ ਜਦੋਂ ਆਪਣੀ ਪਾਰਟੀ ਦੇ ਵਿੱਚ ਕਿਸੇ ਬੰਦੇ ਦੇ ਨਾਲ ਕਿਸੇ ਮੈਂਬਰ ਦੇ ਨਾਲ ਗੱਲਬਾਤ ਕਰਦੇ ਆ ਅਤੇ ਇਹਨਾਂ ਦੀਆਂ ਕੋਈ ਜਿਹੜੀਆਂ ਚੈਟ ਹੁੰਦੀਆਂ ਵਟਸਐਪ ਚੈਟ ਜਾਂ ਹੋਰ ਉਹ ਲੀਕ ਕਰਕੇ ਕੋਈ ਜਿਹੜੀ ਅਖਬਾਰਾਂ ਹੈਗੀਆਂ ਇਟਲੀ ਦੀਆਂ ਉਹਨਾਂ ਨੂੰ ਦੇ ਦਿੰਦਾ ਆ ਕਿ ਉਹ ਸਾਰੀ ਜਿਹੜੀ ਖਬਰ ਹੈ ਅਖਬਾਰਾਂ ਵਿੱਚ ਆ ਜਾਂਦੀ ਆ। ਅਤੇ ਅੱਜ ਮਲੋਨੀ ਦਾ ਬਿਆਨ ਆਇਆ, ਉਹ ਕਹਿ ਰਹੀ ਵੀ ਜਿਹੜੀ ਇਹ ਕੁਝ ਲੋਕ ਇਸੇ ਤਰੀਕੇ ਨਾਲ ਕੰਮ ਕਰ ਰਹੇ ਆ ਵੀ ਸਾਡੀ ਚੈਟ ਜਿਹੜੀ ਲੀਕ ਲੀਕ ਕਰ ਕਰਕੇ ਦੇ ਰਹੇ ਆ ਖਬਰਾਂ ਵਾਲਿਆਂ ਨੂੰ, ਇਹ ਜਿਹੜੇ ਆ ਬਹੁਤ ਗਲਤ ਕਰ ਰਹੇ ਆ। ਅਤੇ ਇੱਕ ਜਿਹੜੀ ਐਸੀ ਚੈਟ ਸੀਗੀ ਜਿਹਦੇ ਵਿੱਚ ਆਪਣੇ ਕੁਝ ਜਿਹੜੇ ਵਰਕਰ ਹੈਗੇ ਆ ਉਹਨਾਂ ਦੇ ਨਾਲ ਖਿਜੇ ਹੋਏ ਸੀਗੇ, ਜਿਹਦੇ ਵਿੱਚ ਇਹਨਾਂ ਨੇ ਇਹੀ ਗੱਲ ਕਰ ਰਹੇ ਸੀਗੇ ਵੀ ਜਿਹੜੀ ਸਾਡੀ ਚੈਟ ਹੈ ਲੀਕ ਕੌਣ ਕਰ ਰਿਹਾ, ਅਤੇ ਕਿਸੇ ਨੇ ਉਹ ਵੀ ਜਿਹੜੀ ਚੈਟ ਸੀਗੀ ਉਹ ਵੀ ਲੀਕ ਕਰ ਦਿੱਤੀ। ਅਤੇ ਕਾਫੀ ਜ਼ਿਆਦਾ ਮੈਨੂੰ ਉਹਨੇ ਨਾਰਾਜ਼ ਦੇਖੇ ਇਸ ਚੀਜ਼ ਤੋਂ, ਉਹ ਕਹਿ ਰਹੇ ਵੀ ਜੇਕਰ ਇਹ ਕੰਮ ਹੋ ਰਿਹਾ ਤਾਂ ਇਹ ਕੰਮ ਚੰਗਾ ਨਹੀਂ ਹੈਗਾ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਚਿੱਤਾ ਦੇ ਨਾਲ ਸਾਨੂੰ ਲੈ ਕੇ, ਇਟਲੀ ਵਿੱਚ ਜਿਹੜੀ ਪਾਰਟੀ ਹੈਗੀ ਆ ਫੋਰਸਾ ਇਤਾਲੀਆ ਜਿਹੜੀ ਕਿ ਬੈਰਲੂਸਕੋਨੀ ਉਹਨਾਂ ਦੀ ਪਾਰਟੀ ਹੈ, ਬੈਰਲੂਸਕੋਨੀ ਦਾ ਤਾਂ ਪਿਛਲੇ ਸਾਲ ਜਿਹੜਾ ਦੇਹਾਂਤ ਹੋ ਗਿਆ ਸੀਗਾ, ਅਤੇ ਇਸ ਸਾਲ ਜਿਹੜੀ ਉਹਨਾਂ ਦੀ ਪਾਰਟੀ ਉਹਨਾਂ ਵੱਲੋਂ ਇੱਕ ਚਿੱਤਾ ਦੇ ਨਾਂਸਾ ਦੇ ਉੱਤੇ ਅੱਜ ਇੱਕ ਨਵਾਂ ਕਹਿ ਸਕਦੇ ਹਾਂ ਕਾਨੂੰਨ ਨੂੰ ਬਣਾਉਣ ਦੇ ਵਾਸਤੇ ਪੇਸ਼ ਕੀਤਾ ਗਿਆ ਇਹ ਆਈਡੀਆ ਪਾਰਲੀਮੈਂਟ ਦੇ ਵਿੱਚ। ਅਤੇ ਇਹਨਾਂ ਨੇ ਕੀ ਕਿਹਾ ਜੀ, ਇਹਨਾਂ ਵੱਲੋਂ ਚਿੱਤਾ ਦੇ ਨਾਂਸਾ ਦੇ ਉੱਤੇ ਜਿਹੜੀ ਅਪਡੇਟ ਆਈ ਹੈ, ਕਹਿ ਰਹੇ ਅਸੀਂ ਚਿੱਤਾ ਦੇ ਨਾਂਸ ਜਿਹੜੇ ਰੂਲ ਹੈਗੇ ਇਸ ਨੂੰ ਚੇਂਜ ਕਰਨੇ ਚਾਹੁੰਦੇ ਹਾਂ। ਉਹ ਕਹਿ ਰਹੇ ਵੀ ਜੇਕਰ ਕੋਈ ਇਟਲੀ ਵਿੱਚ ਚਿੱਤਾ ਦੇ ਨਾਂਸਾ ਲੈਣਾ ਚਾਹੁੰਦਾ ਹੈ ਤਾਂ ਉਹ ਦੋ ਰਸਤੇ ਉਹਨੂੰ ਚਿੱਤਾ ਦੇ ਨਾਂਸਾ ਲੈਣ ਦੇ ਬਣਾਏ ਜਾਣ। ਇੱਕ ਤਾਂ ਰਸਤਾ ਬਣਾਇਆ ਜਾਵੇ ਜਿਹੜਾ ਬੰਦਾ ਇਟਲੀ ਵਿੱਚ ਆ ਕੇ ਆਪਣਾ ਸਕੂਲ ਕੰਪਲੀਟ ਕਰਦਾ 10 ਸਾਲ ਦਾ, 10 ਸਾਲ ਵਾਸਤੇ ਪੜ੍ਹਾਈ ਕਰਦਾ ਆ, ਉਸ ਨੂੰ ਚਿੱਤਾ ਦੇ ਨਾਂਸਾ ਦਿੱਤੀ ਜਾਵੇ, ਜਾਂ ਫਿਰ ਜਿਹਦੇ ਕਿਸੇ ਪੁਰਾਣੇ
ਦਾਦਾ ਜਾਂ ਦਾਦੀ ਇਟਾਲੀਅਨ ਸੀਗੇ ਅਤੇ ਉਸ ਤੋਂ ਬਾਅਦ ਉਹ ਕਿਸੇ ਹੋਰ ਕੰਟਰੀ ਵਿੱਚ ਸ਼ਿਫਟ ਹੋ ਗਿਆ, ਜਾਂ ਦਾਦਾ ਦਾ ਜਿਹੜਾ ਕੋਈ ਪਿਓ ਹੋਵੇ ਉਹ, ਅਤੇ ਉਹ ਇਸ ਇਟਲੀਅਨ ਜਿਹੜੀ ਸਿਟੀਜ਼ਨਸ਼ਿਪ ਹੈ ਇਸ ਨੂੰ ਲੈਣ ਦਾ ਹੱਕਦਾਰ ਹੋਵੇ। ਹਾਲਾਂਕਿ ਤੁਹਾਨੂੰ ਦੱਸ ਦਈਏ ਜੀ, ਜਿਹੜੀ ਇਹ ਖਬਰ ਜਿਹੜੀ ਹੈਗੀ ਹੈ ਫੋਰਸਾ ਇਤਾਲੀਆ ਵੱਲੋਂ ਹੀ ਸ਼ੁਰੂ ਕੀਤਾ ਗਿਆ ਸੀ ਕੁਝ ਮਹੀਨੇ ਪਹਿਲਾਂ, ਆਹ ਚੀਜ਼ ਵੀ ਜਿੱਥੇ ਨਾਲ ਰੂਲ ਚੇਂਜ ਕਰਨੇ ਆ। ਇਹਦੇ ਵਿੱਚ ਜਿਹੜੀ ਓਪੋਜੀਸ਼ਨ ਪਾਰਟੀ ਸੀਗੀ ਇਟਲੀ ਦੀ, ਉਹਨਾਂ ਨੇ ਆਪਣਾ ਜਿਹੜਾ ਰੈਫਰੈਂਡਮ ਦਾ ਜਿਹੜਾ ਵਿੱਚ ਪੰਗਾ ਪਾ ਲਿਆ, ਅਤੇ ਉਹਨਾਂ ਨੇ ਰੈਫਰੈਂਡਮ ਜਿਹੜੀ ਹੈ ਕਰਾਉਣੀ ਸ਼ੁਰੂ ਕਰ ਦਿੱਤੀ ਅਤੇ 5 ਲੱਖ ਜਿਹੜੇ ਸਾਈਨ ਉਹਨਾਂ ਨੇ ਆਪਣੇ ਕਰਾ ਲਏ। ਉਹ ਇਸੇ ਦੇਖਦੇ ਹੋਏ ਵੀ ਇਸ ਤੋਂ ਪਹਿਲਾਂ ਵੀ ਫੋਰਸਾ ਇਤਾਲੀਆ ਕੁਝ ਕਰੇ ਅਸੀਂ ਆਪਣੀ ਰੈਫਰੈਂਡਮ ਜਿਹੜੀ ਵਿੱਚ ਕਰਾ ਦਾਂਗੇ, ਪਰ ਅੱਜ ਦੁਬਾਰਾ ਫਿਰ ਤੋਂ ਉਹਨਾਂ ਨੇ ਇਹ ਜਿਹੜੀ ਡਿਬੇਟ ਸੀਗੀ ਸ਼ੁਰੂ ਕਰ ਲਈ ਪਾਰਲੀਮੈਂਟ ਦੇ ਵਿੱਚ। ਫੋਰਸਾ ਇਤਾਲੀਆ ਦਾ ਕਹਿਣਾ ਹੈ ਜੀ ਅਸੀਂ ਉਹ ਕਰਾਂਗੇ ਜੋ ਅਸੀਂ ਸੋਚਦੇ ਹਾਂ, ਅਤੇ ਜਿਹੜੇ ਸਾਡੇ ਹੋਰ ਜਿੰਨੇ ਵੀ ਵਰਕਰ ਹੈਗੇ ਆ ਉਹਨਾਂ ਨੂੰ ਸਾਡੀ ਜਿਹੜੀ ਗੱਲ ਮੰਨਣੀ ਪਵੇਗੀ। ਮੌਰੀਸੀਓ ਗਾਸਪਾਰੀ ਨੇ ਕਿਹਾ ਵੀ ਚੇਤਾ ਦਿਨਾਂਸਾ ਇਟਲੀ ਜਿਹੜੀ ਹੈ ਇਹ ਇੱਕ ਐਸੀ ਚੀਜ਼ ਨਹੀਂ ਹੈਗੀ ਵੀ ਅਸੀਂ ਕਿਸੇ ਨੂੰ ਵੀ ਗਿਫਟ ਕਰੀ ਜਾਈਏ, ਚੇਤਾ ਦਿਨਾਂਸਾ ਲੋਕਾਂ ਨੂੰ ਖਰੀਦਣੀ ਪਵੇਗੀ, ਅਤੇ ਇਹ ਖਰੀਦ ਹੋਣੀ ਆ ਸਕੂਲ ਜਾ ਕੇ, ਜਿਹੜੇ ਵੀ ਬੱਚੇ ਇੱਥੇ ਆ ਕੇ ਪੜ੍ਹਨਗੇ 10 ਸਾਲ ਵਾਸਤੇ ਸਕੂਲ ਕਰਨਗੇ, ਚੇਤਾ ਦਿਨਾਂਸਾ ਸਿਰਫ ਉਹਨਾਂ ਲੋਕਾਂ ਨੂੰ ਮਿਲਣੀ ਚਾਹੀਦੀ ਆ। ਇਹਨਾਂ ਨੇ ਵੀ ਕਿਹਾ ਵੀ ਜਿਹੜੀ ਰੈਫਰੈਂਡਮ ਇਹਨਾਂ ਨੇ ਕਰਾਉਣ ਲੱਗੇ ਆ ਸਾਡੀ ਜਿਹੜੀ ਪੂਰੀ ਪਾਰਟੀ ਇਸ ਦੇ ਖਿਲਾਫ ਹੈ, ਅਤੇ ਅਸੀਂ ਨਹੀਂ ਚਾਹੁੰਦੇ ਵੀ ਰੈਫਰੈਂਡਮ ਕਰਾਈ ਜਾਵੇ ਚੇਤਾ ਦਿਨਾਂਸਾ ਦੇ ਉੱਤੇ। ਜਿਹੜਾ ਅੱਜ ਇਹਨਾਂ ਨੇ ਮੁੱਦਾ ਚੱਕਿਆ ਉਹ ਇਹ ਹੈ, ਉਹ ਕਹਿੰਦੇ ਵੀ ਅੱਜ ਜਿਹੜੀ ਚੇਤਾ ਦਿਨਾਂਸਾ ਮਿਲਦੀ ਹੈ ਇੱਥੇ, ਜਦੋਂ ਬੱਚਾ 18 ਸਾਲ ਦਾ ਹੁੰਦਾ ਚੇਤਾ ਦਿਨਾਂਸਾ ਉਸ ਬੱਚੇ ਨੂੰ ਦੇ ਦਿੱਤੀ ਜਾਂਦੀ ਆ। ਪਰ ਇਹਨਾਂ ਨੇ ਕਿਹਾ ਵੀ ਇਹ ਜਿਹੜਾ 18 ਸਾਲ ਦਾ ਬੱਚਾ ਹੁੰਦਾ ਚੇਤਾ ਦਿਨਾਂਸਾ ਨੂੰ ਮਿਲ ਜਾਂਦੀ ਇਟਲੀ ਦੀ, ਪੂਰੀ ਉਮਰ ਇਹ ਜਿਹੜਾ ਬੱਚਾ ਆ ਬੇਸ਼ੱਕ ਸਟੇਸ਼ਨ ਦੇ ਉੱਤੇ ਘੁੰਮਦਾ ਰਿਹਾ ਹੋਵੇ, ਉੱਥੇ ਜਾ ਕੇ ਇਹਨੂੰ ਬੋਲੀ ਨਾ ਇਟਲੀ ਦੀ ਆਉਂਦੀ ਹੋਵੇ, ਉੱਥੇ ਜਾ ਕੇ ਭਾਵੇਂ ਇਹ ਨਸ਼ਾ ਵੇਚਦਾ ਹੋਵੇ, ਪਰ 18 ਸਾਲ ਤੋਂ ਬਾਅਦ ਇਸ ਨੂੰ ਜਿਹੜੀ ਹੈ ਚੇਤਾ ਦਿਨਾਂਸਾ ਦੇ ਦਿੱਤੀ ਜਾਂਦੀ ਆ। ਇਹ ਬਹੁਤ ਗਲਤ ਰੂਲ ਆ। ਫੋਰਸਾ ਇਤਾਲੀਆ ਪਾਰਟੀ ਕਹਿ ਰਹੀ ਆ ਵੀ ਇਟਲੀ ਦੀ ਚੇਤਾ ਦਿਨਾਂਸਾ ਲੈਣ ਦੇ ਵਾਸਤੇ ਇਟਾਲੀਅਨ ਆਉਣੀ ਜ਼ਰੂਰੀ ਆ ਬੱਚੇ ਨੂੰ, ਇਟਲੀ ਦੀ ਹਿਸਟਰੀ ਜ਼ਰੂਰੀ ਆ, ਇਟਲੀ ਦੀ ਜੀਓਗ੍ਰਾਫੀ ਜ਼ਰੂਰੀ ਆ, ਇਟਲੀ ਦੀ ਜਿਹੜੀ ਕੋਨਸਟੀਟਿਊਸ਼ਨ ਆ ਉਹ ਜ਼ਰੂਰੀ ਆ, ਜਿਹੜੀ ਸਿਵਲ ਐਜੂਕੇਸ਼ਨ ਆ ਉਹ ਜ਼ਰੂਰੀ ਆ। ਇਸ ਤੋਂ ਇਲਾਵਾ ਉਹਨਾਂ ਨੇ ਵੀ ਕਿਹਾ ਜੀ ਇਸ ਵਕਤ ਜਿਹੜਾ ਟਾਈਮਿੰਗ ਆ ਚੇਤਾ ਦਿਨਾਂਸਾ ਦੀ ਤਕਰੀਬਨ 3.5 ਸਾਲ ਲੱਗਦੇ ਆ, 2 ਸਾਲ ਦਾ ਪੀਰੀਅਡ 2 ਤੋਂ 3 ਸਾਲ ਲੱਗਦੇ ਆ, ਅਤੇ ਉਹ ਕਹਿ ਰਹੇ ਵੀ ਇਹ ਟਾਈਮ ਅਸੀਂ ਘਟਾਵਾਂਗੇ, ਇਸ ਨੂੰ ਤਕਰੀਬਨ 1 ਸਾਲ ਦੇ ਵਿੱਚ ਚੇਤਾ ਦਿਨਾਂਸਾ ਦੇਵਾਂਗੇ, 1 ਸਾਲ ਜਾਂ 1.5 ਸਾਲ ਦੇ ਵਿੱਚ। ਇਹਨਾਂ ਨੇ ਵੀ ਕਿਹਾ ਇਹ ਕਹਿ ਰਹੇ ਵੀ ਚੇਤਾ ਦਿਨਾਂਸਾ ਸਾਨੂੰ ਸਕੂਲ ਦੇ ਹਿਸਾਬ ਦੇ ਨਾਲ ਬੱਚੇ ਦੀ ਐਜੂਕੇਸ਼ਨ ਦੇਖ ਕੇ ਹੀ ਦੇਣੀ ਚਾਹੀਦੀ ਆ। ਉਹ ਇਹ ਕਹਿ ਰਹੇ ਆ ਵੀ ਅਸੀਂ ਜਿਹੜੇ 9 ਲੱਖ ਬੱਚਾ ਇਟਾਲੀਅਨ ਆ, ਸੋਰੀ 9 ਲੱਖ ਜਿਹੜਾ ਬੱਚਾ ਸਕੂਲਾਂ ਵਿੱਚ ਇਸ ਵਕਤ ਪੜ੍ਹ ਰਿਹਾ ਆ, ਜਿਹਨੂੰ ਕਿ ਸਾਡੀ ਸਰਕਾਰ ਹੈਲਪ ਕਰ ਰਹੀ, ਅਸੀਂ ਪੈਸਾ ਦੇ ਕੇ ਬੱਚਿਆਂ ਦਾ ਖਰਚਾ ਚੱਕ ਰਹੇ ਹਾਂ, ਜਿਹੜੇ ਕਿ ਬੱਚੇ ਇਟਾਲੀਅਨ ਨਹੀਂ ਗੇ, ਅਤੇ ਅੱਜ ਇਹ ਜਿਹੜੇ ਵੀ ਇਹਨਾਂ ਦੇ ਖਰਚੇ ਆ ਸਿਰਫ ਇਟਾਲੀਅਨ ਸਰਕਾਰ ਚੱਕ ਰਹੀ ਆ, ਅਤੇ ਇਹਨਾਂ ਬੱਚਿਆਂ ਨੂੰ ਆਪਣੀ ਸਟੱਡੀ ਕੰਪਲੀਟ ਕਰਕੇ ਫਿਰ ਚੇਤਾ ਦਿਨਾਂਸਾ ਦਿੱਤੀ ਜਾਵੇ। ਇਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਦੂਜੇ ਜਿਹੜੀ ਰੈਫਰੈਂਡਮ ਹੋਈ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਵੀ 5 ਸਾਲ ਤੋਂ ਬਾਅਦ ਸਿਟੀਜ਼ਨਸ਼ਿਪ ਦੇ ਦਿੱਤੀ ਜਾਵੇ। ਕਹਿ ਰਹੇ ਵੀ 5 ਸਾਲ ਦੇ ਵਿੱਚ ਬੱਚੇ ਨੂੰ ਪੂਰੀ ਅਕਲ ਜਿਹੜੀ ਨਹੀਂ ਆਉਣੀ, 10 ਸਾਲ ਦਾ ਟਾਈਮ ਚਾਹੀਦਾ ਉਹਨੂੰ ਪੜ੍ਹਨ ਦੇ ਵਾਸਤੇ। ਅਤੇ ਜਿਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਬਹਿਸ ਹੋ ਗਈ ਆਪਸ ਦੇ ਵਿੱਚ ਮਿਨਿਸਟਰਾਂ ਦੀ, ਕਈ ਕਹਿ ਰਹੇ ਸੀਗੇ ਚੀਜ਼ ਠੀਕ ਹੈ, ਕਈ ਕਹਿ ਰਹੇ ਸੀਗੇ ਚੀਜ਼ ਨਹੀਂ ਠੀਕ ਹੈਗੀ, ਪਰ ਇਹ ਜਿਹੜੀ ਪ੍ਰੋਬਲਮ ਹੈ ਚੇਤਾ ਦਿਨਾਂਸਾ ਦੀ ਇਹ ਜਿਹੜੀ ਇਸ ਵਕਤ ਮੁੱਦੇ ਉਠਾਈ ਜਾ ਰਹੇ ਆ, ਇਹਦੇ ਵਿੱਚ ਪੱਕਾ ਨਹੀਂ ਹੈਗਾ ਜੇ ਰੈਫਰੈਂਡਮ ਨੂੰ ਪਾਸ ਕੀਤਾ ਜਾਵੇਗਾ। ਉਹਦੀ ਜਗ੍ਹਾ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਵਿੱਚ ਚੇਤਾ ਦਿਨਾਂਸਾ ਦਿੱਤੀ ਉਹਨਾਂ ਲੋਕਾਂ ਨੂੰ ਜਾਵੇ ਜਿਹੜੇ ਲੋਕ ਇੱਥੇ 10 ਸਾਲ ਆਪਣੀ ਪੜ੍ਹਾਈ ਪੜ੍ਹਨਗੇ। ਸੋ ਕੁਝ ਵੀ ਜਿਹੜੀ ਸਰਕਾਰ ਹੈ ਕਰ ਸਕਦੀ ਆ, ਰੂਲ ਜਿਹੜੇ ਆ ਕਦੋਂ ਵੀ ਚੇਂਜ ਹੋ ਸਕਦੇ ਆ, ਕਿਉਂਕਿ ਵੋਟਿੰਗ ਕੀ ਕਰਾਉਣੀ ਆ ਅਤੇ ਵੋਟ ਇਹਨਾਂ ਦੇ ਕੋਲ ਪੂਰੀ ਹੈਗੀ ਆ। ਇਸ ਤੋਂ ਅੱਗੇ ਕੱਲ੍ਹ ਨੂੰ 6 ਤਰੀਕ ਹੈ, ਕੱਲ੍ਹ ਦੇ ਵਾਸਤੇ ਜੀ ਵੈਦਰ ਦਾ ਨਵਾਂ ਅਲਰਟ ਜਾਰੀ ਆ ਸਿਰਫ ਪੂਲੀਆ ਅਤੇ ਉਮਰੀਆ ਦੇ ਵਿੱਚ, ਇਹਨਾਂ ਇਲਾਕਿਆਂ ਵਿੱਚ ਕੱਲ੍ਹ ਨੂੰ ਮੌਸਮ ਜ਼ਿਆਦਾ ਜਿਹੜਾ ਖਰਾਬ ਰਹਿਣ ਦੀ ਸੰਭਾਵਨਾ ਦੱਸੀ ਹੋਈ ਆ। ਬਾਕੀ ਆਲ ਓਵਰ ਇਟਲੀ ਦੀ ਗੱਲ ਕਰੀਏ ਤਾਂ ਅੱਜ ਵੀ ਜਿਹੜਾ ਮੌਸਮ ਹੈ ਸਾਫ਼ ਰਿਹਾ ਆ, ਕਾਫੀ ਦਿਨਾਂ ਤੋਂ ਬਾਅਦ ਕਈਆਂ ਇਲਾਕਿਆਂ ਵਿੱਚ ਧੁੱਪ ਨਿਕਲੀ ਹੈ, ਹਾਲਾਂਕਿ ਸਵੇਰ ਤੱਕ ਤਾਂ ਕਈਆਂ ਇਲਾਕਿਆਂ ਵਿੱਚ ਮੀਂਹ ਵੀ ਪੈ ਰਿਹਾ ਸੀਗਾ, ਅਤੇ ਕੱਲ੍ਹ ਦੇ ਵਾਸਤੇ ਟੈਂਪਰੇਚਰ ਜਿਹੜਾ ਆ ਕੁਝ ਇਲਾਕਿਆਂ ਵਿੱਚ ਬਦਲਵਾਈ ਆ, ਬਾਕੀ ਇਟਲੀ ਵਿੱਚ ਕੱਲ੍ਹ ਨੂੰ ਧੁੱਪ ਨਿਕਲਣ ਵਾਲੀ ਹੈ ਅਤੇ ਮੌਸਮ ਸਾਫ਼ ਰਹਿਣ ਵਾਲਾ ਆ।
ਹਾਲਾਂਕਿ ਸੋਮਵਾਰ ਤੋਂ ਮੌਸਮ ਫਿਰ ਤੋਂ ਖਰਾਬ ਹੋਣ ਵਾਲਾ ਆ। ਇਹ ਅੱਜ ਦੀ ਨਵੀਆਂ ਤਾਜ਼ੀਆਂ ਅਪਡੇਟ ਮਿਲਦੀਆਂ ਤੁਹਾਨੂੰ ਕੱਲ੍ਹ ਦੀ ਅਪਡੇਟ ਨਾਲ। ਤਦ ਤੋਂ ਸਾਰਿਆਂ ਦਾ ਧੰਨਵਾਦ।